ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਪੰਜਾਬ ਵਿੱਚ ਜਿਹੜੀ ਮੌਜੂਦਾ ਸਥਿਤੀ ਵਿੱਚ ਖੜੋਤ ਆ ਚੁੱਕੀ ਆ ਔਰ ਇਸ ਮਹਾਲ ਨੂੰ ਜਿਹੜੀਆਂ ਵੀ ਧਿਰਾਂ ਖਤਮ ਕਰਨੀਆਂ ਚਾਹੁੰਦੀਆਂ ਵੀ ਇਹ ਛੇਤੀ ਤੋਂ ਛੇਤੀ ਇਹ ਮਾਹੌਲ ਖਤਮ ਹੋਣਾ ਚਾਹੀਦਾ ਆ ਉਹਦੇ ਲਈ ਹਰ ਕੋਈ ਯਤਨ ਕਰ ਰਿਹਾ ਮੈਂ ਕੋਈ ਅਲੋ ਕਰਨੀ ਯਤਨ ਕਰਨ ਰਿਹਾ ਤੇ ਤੇ ਨਾ ਹੀ ਮੈਂ ਕੋਈ ਜਿਆਦਾ ਵੱਡਾ ਸੱਚਾ ਸੇਖਾਂ ਜਾਂ ਪੰਜਾਬੀ ਆ ਅੱਜ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਮੇ ਇਕੱਠ ਬੁਲਾਇਆ ਪੰਥਕ ਧਰਾਂ ਦਾ ਆ ਬਾਬਾ ਜੀ ਸੁਰ ਸਿੰਘ ਵਾਲੇ ਜਾਂ ਹੋਰ ਤੇ ਰਾਮੀਆਂ ਜਿਹੜੇ ਸਭਰਾ ਵਾਲੇ ਬਾਬਾ ਜੀ ਆ ਹਰੀਕੇ ਵਾਲਾ ਜਿਹੜਾ ਆ ਤਰਨਾ ਚਕਾਇਆ ਫੋਰਸਸ ਨੇ ਹੋਰ ਵੀ ਐਲਵਿਸ਼ਾ ਜਿਹੜੇ ਪ੍ਰੈਕਟੀਕਲੀ ਪੁਗਤੰਡੇ ਸੰਤਾ ਪੁਗਤੰਡੇ ਆ ਔਰ ਵੀਰ ਅੰਮ੍ਰਿਤਪਾਲ ਦੇ ਹੱਕ ਵਿੱਚ ਛਰੇ ਆ ਨਤਰਨ ਦੇ ਜਿਹੜੇ ਪਹਿਲਾਂ ਉਹਨਾਂ ਦਾ ਵਿਰੋਧ ਵੀ ਰੱਖਦੇ ਸੀ ਵਿਚਾਰਧਾਰਕ ਵਿਰੋਧ ਹੁਣ ਸਵਾਲ ਵੀ ਇਹ ਆਉਂਦਾ ਵੀ ਜੇਕਰ ਅੱਜ ਦਾ ਰਿਜ਼ਲਟ ਸਹੀ ਨਹੀਂ ਨਿਕਲਦਾ ਜਿਹੜੀਆਂ ਅੱਜ ਪੰਥਕ ਤੇਰਾ ਇਕੱਠ ਕਰ ਰਹੀਆਂ ਆ ਗਿਆਨੀ ਹਰਪ੍ਰੀਤ ਸਿੰਘ ਜੀ ਦੀਗਵਾਈ ਹੇਠਾਂ ਜੇ ਰਿਜ਼ਲਟ ਨਹੀਂ ਨਿਕਲਦਾ ਫਿਰ ਕੀ ਹੋਊਗਾ ਕਿ ਪੰਜਾਬ ਨੂੰ ਇਸੇ ਤਰ੍ਹਾਂ ਲਾਓ ਕੀਤਾ ਜਾ ਸਕਦਾ ਜੀ ਹੁਣ ਆਪਾਂ ਕਹੇ ਭਗਵੰਤ ਮਾਨ ਜੀ ਤੇ ਉਹਨਾਂ ਵੀਰ ਅਗਵਾਈ ਕੀ ਦੇਣੀ ਆਪਾਂ ਨੂੰ ਨਜ਼ਰ ਆਉਣ ਡਿਆ ਐਮ ਐਲ اے ਦਸਵੀਂ ਦੇ ਪੇਪਰ ਦੇ ਜਾਂਦੇ ਪਲੱਸ 2 ਦੇ ਪੇਪਰ ਦੇ ਜਾਂਦੇ ਆ ਹਾਂਜੀ ਤੇ ਸਾਡੇ ਸੰਦੀਪ ਵੀਰ ਜਿਹੜੇ ਸੰਦੀਪ ਸਿੱਧੂ ਇੱਕ ਸਿੱਧੂ ਵੀਰ ਵੀ ਹੀ ਦੀਪ ਸਿੱਧੂ ਦੀਪ ਵੀ ਦੀਪ ਸਿੱਧੂ ਵੀਰ ਤੇ ਇੱਕ ਐਕਟਰ ਆ ਗਿਆ ਨਵਾਂ ਇਹ ਹੁਣ ਵੇਖਣਾ ਹੈ ਨਾ ਵੀ ਇਹ ਐਕਟਰ ਕਿੱਦਾਂ ਦਾ ਆ ਦੀਪ ਸਿੱਧੂ ਕਿੱਦਾਂ ਦਾ ਸਾਡਾ ਹੀ ਵੀਰ ਸੀ ਤੇ ਆ ਰਾਗਵ ਚੱਡਾ ਜਿਹਨੂੰ ਆਪਾਂ ਉਹਦੇ ਵਿੱਚ ਮੈਂ ਵੀ ਸ਼ਾਮਲ ਸੀ ਅਸੀਂ ਵੀ ਇਹਨਾਂ ਝਾੜੂਆਂ ਨੂੰ ਕਿਉਂਕਿ ਅਸੀਂ ਦੁਖੀਆਂ ਕਾਲੀਆਂ ਤੇ ਕਾਂਗਰਸੀਆਂ ਤੋਂ ਅਹੀਂ ਕੋ ਝਾੜ ਬਣੇ ਰਹਿ ਬੈਲਪੇਸ਼ਰ ਨਹੀਂ ਸੀ ਲੇਕਿਨ ਮੁੱਦੇ ਤੋਂ ਨਾ ਭਟਕੇ ਜੇਕਰ ਅੱਜ ਦੇ 71 ਤੱਕ ਕੋ ਠੋਸ ਫੈਸਲਾ ਨਹੀਂ ਕਰਦੀ ਪੰਜਾਬ ਚ ਮੌਜੂਦਾ ਖੜੋਤ ਨੂੰ ਦੂਰ ਕਰਨ ਲਈ ਤੇ ਫਿਰ ਮੈਂ ਕੈਂਟਾ ਵੀ ਪੰਥਕ ਤੇ ਰਾਜੇ ਦੇ ਚ ਭਾਈ ਦਲਜੀਤ ਸਿੰਘ ਜੀ ਬਿੱਟੂ ਭਾਈ ਰਣਜੀਤ ਸਿੰਘ ਜੀ ਕੁੱਕੀ ਗਿੱਲ ਜਾਂ ਭੈ ਜੀ ਬਲਵਿੰਦਰ ਕੌਰ ਜਾਂ ਹੋਰ ਵੀ ਜਿਨ੍ਹਾਂ ਦੀ ਮੈਂ ਗਰੰਟੀ ਲੈ ਸਕਦਾ ਇਹ ਬੰਦੇ ਸੱਚਮੁੱਚੀ ਕੌਮ ਨੂੰ ਅਗਵਾਈ ਦੇ ਸਕਦੇ ਆ ਸ਼ਹੀਦ ਭਾਈ ਹਰਜਿੰਦਰ ਸੋਜਿੰਦਾ ਦੇ ਭੈਣ ਜੀ ਭੈਣ ਬਲਵਿੰਦਰ ਕੌਰ ਕਿਉਂਕਿ ਉਹ ਭੈਣ ਨੂੰ ਮੈਂ ਵੇਖਿਆ ਕਿ ਉਹ ਭੈਣ ਤੇ ਕਿੰਨਾ ਹੌਸਲਾ ਆ ਕਿਦਾਂ ਸੋਚ ਸਮਝ ਕੇ ਫੈਸਲੇ ਕਰਦੀ ਆ ਇਹਨਾਂ ਤਿਹਰਾ ਨੂੰ ਇਹ ਜਿਹਾਂ ਤਿਹਰਾ ਨੂੰ ਅੱਗੇ ਆਉਣਾ ਪੈਣਾ ਆ ਨਹੀਂ ਤੇ ਇਹ ਤਰਾ ਵੀ ਜਿਹੜੀਆਂ ਜਿਹੜੀਆਂ ਕਹਿਣ ਤੋ ਪਾਪੀ ਦੇ ਵਿਲ ਬੀ ਜਸਟ ਸਪੈਕਟੇਟਰ ਆਵਰਾਲ ਮਿਲ ਕੇ ਦਬਾ ਪਾਈਏ ਸਾਰੀਆਂ ਤਰ੍ਹਾਂ ਤੇ ਕਿ ਇਸ ਖੜੋਤ ਨੂੰ ਖਤਮ ਕਰਗੇ ਮਾਨ ਭਗਵੰਤ ਮਾਨ ਨੇ ਹਾਂ ਸਿਮਰਨਜੀਤ ਸਿੰਘ ਮਾਨ ਉਹ ਇੱਕ ਬੜੀ ਤਗੜੀ ਧੇਰਾ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਨਾਮ ਸਾਰੀ ਮੈਂ ਭੁੱਲ ਗਿਆ ਹਾਂ ਉਹ ਸਾਰੇ ਅਗਵਾਈ ਦੇਣ ਲਈ ਅੱਗੇ ਹਨ ਭਗਵੰਤ ਮਾਨ ਨੇ ਅੱਗੇ ਆਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ